We have seen sig a significant drop in applications. And again, by publicly available data through IRCC, which is the Department of Immigration, Refugees and Citizenship Canada, we've seen a 36% decline in applications. But in the college sector, we've also that decline has been as much as 54%. ਮੈਕਡੋਨਲ ਮੁਤਾਬਿਕ ਇਸ ਦੇ ਨਤੀਜੇ ਵਜੋਂ ਕਾਲਜਿਸ ਅਤੇ ਸੰਸਥਾਵਾਂ ਨੂੰ ਵੱਖ-ਵੱਖ ਸਕੂਲਾਂ ਵਿੱਚ ਸਾਜ਼ੋ ਸਮਾਨ ਅਤੇ ਟ੍ਰੇਨਰਸ ਦੇ ਇਸਤੇਮਾਲ ਲਈ ਫੰਡਿੰਗ ਘੱਟ ਹੋਏਗੀ। ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਨੁਮਾਇੰਦਗੀ ਕਰਦੀ ਸੰਸਥਾ ਤੋਂ ਜਸਪ੍ਰੀਤ ਸਿੰਘ ਮੁਤਾਬਿਕ ਇਹਦਾ ਸਭ ਤੋਂ ਵੱਡਾ ਕਾਰਨ ਤਾਂ ਇੱਕ ਜਿਹੜਾ ਲਾਸਟ ਈਅਰ ਦੀਆਂ ਜਿਹੜੀਆਂ ਡਿਵੈਲਪਮੈਂਟਸ ਹੋਈਆਂ ਸੀਗੀਆਂ ਤਾਂ ਉਹ ਸਟੂਡੈਂਟਸ ਨੂੰ ਪ੍ਰੋਟੈਕਟ ਕਰਨ ਵਾਸਤੇ, ਹੈ ਨਾ, ਇੱਕ ਜਿੱਦਾਂ ਜਿਹੜੀ GIC ਦੀ ਲਿਮਿਟ ਆ ਉਹ ਆਲਮੋਸਟ ਡਬਲ ਹੋ ਗਈ ਸੀਗੀ, ਅਤੇ ਉਸ ਤੋਂ ਇਲਾਵਾ ਜਿਹੜੇ ਪਬਲਿਕ ਪ੍ਰਾਈਵੇਟ ਇੰਸਟੀਟਿਊਸ਼ਨਸ ਆ ਉਹਨਾਂ ਦੇ ਵਿੱਚ ਜਿਹੜਾ ਵਰਕ ਪਰਮਿਟ ਬੰਦ ਹੋ ਗਿਆ ਸੀਗਾ। ਸੋ ਵੈਰੀ ਲਿਮਿਟਡ ਨੰਬਰ ਆਫ ਪਬਲਿਕ ਇੰਸਟੀਟਿਊਸ਼ਨ ਹੀ ਆ ਜਿਨ੍ਹਾਂ ਦੇ ਵਿੱਚ ਵਰਕ ਪਰਮਿਟ ਮਿਲਦੇ ਆ, ਅਤੇ ਉਹਨਾਂ ਦੇ ਵਿੱਚ ਵਿਦਿਆਰਥੀ ਅਪਲਾਈ ਕਰ ਰਹੇ ਆ। ਅਤੇ ਇਹ ਤਾਂ ਦੋ ਹੈਗੇ ਆ ਜਿਹੜੇ ਸਿਸਟਮੈਟਿਕ ਰੀਜ਼ਨ ਆ ਜਿਹੜੇ ਗਵਰਨਮੈਂਟ ਦੇ ਵੱਲੋਂ ਹੋਏ ਆ, ਪਰ ਆਈ ਥਿੰਕ ਐਟ ਦ ਸੇਮ ਟਾਈਮ ਜਿਹੜਾ ਇੱਕ ਬੈਕ ਹੋਮ ਜਿਹੜੀਆਂ ਸਪੈਸ਼ਲੀ ਜਿਨ੍ਹਾਂ ਕੰਟਰੀਜ਼ ਵਿੱਚੋਂ ਇੰਟਰਨੈਸ਼ਨਲ ਸਟੂਡੈਂਟ ਆਉਂਦੇ ਸੀਗੇ, ਹੈ ਨਾ, ਜਿੱਦਾਂ ਇੰਡੀਆ 'ਚੋਂ ਜਾਂ ਫਿਰ ਖਾਸ ਤੌਰ 'ਤੇ ਜਿਹੜੇ ਰੀਜਨ ਆ ਪਾਰਟੀਕੁਲਰ ਪੰਜਾਬ ਵਰਗੇ, ਉੱਥੇ ਇੱਕ ਜਿਹੜੀ ਗੱਲ ਆ ਹੁਣ ਇੱਕ ਉੱਥੋਂ ਕਾਫੀ ਮਤਲਬ ਕਮਿਊਨਿਟੀ ਨੂੰ ਸਮਝ ਆ ਗਈ ਕਿ ਕੈਨੇਡਾ ਮਤਲਬ ਇੰਨਾ ਵੀ ਈਜ਼ੀ ਨਹੀਂ ਹੈਗਾ ਜਿੰਨਾ ਉਹ ਪਿਛਲੇ ਕਈ ਸਾਲਾਂ ਦੇ ਵਿੱਚ ਬਣਾਇਆ ਗਿਆ ਸੀਗਾ ਕਿ ਤੁਸੀਂ ਉੱਥੇ ਜਾ ਕੇ ਪੜ੍ਹ ਲਓ, ਕੰਮ ਕਰ ਲਓ, PR ਹੋ ਜੂਗੀ। ਸੋ ਹੁਣ ਰੀਸੈਂਟ 2 ਸਾਲਾਂ ਦੇ ਵਿੱਚ ਜਿੱਦਾਂ ਜਿਹੜੀ ਜੋਬਲੈਸਨੈਸ ਆ, ਅਨਅਪਲੋਇਮੈਂਟ ਆ ਇਮੀਗ੍ਰੈਂਟਸ ਦੇ ਵਿੱਚ, ਖਾਸ ਤੌਰ 'ਤੇ ਇੰਟਰਨੈਸ਼ਨਲ ਸਟੂਡੈਂਟ ਦੇ ਵਿੱਚ, ਉਹ ਜਿਹੜੀ ਵਧੀ ਆ ਉਹਦੀਆਂ ਜਿਹੜੀਆਂ ਵੀਡੀਓਜ਼ ਵੀ ਗਈਆਂ ਬੈਕ ਹੋਮ, ਉਹਨਾਂ ਦਾ ਵੀ ਡੈਫੀਨੇਟਲੀ ਇਫੈਕਟ ਹੈਗਾ ਆ। ਸੋ ਇੱਕ ਤਾਂ ਮਤਲਬ ਸਿਸਟਮੈਟਿਕ ਜਿਹੜਾ ਕਰੈਕਡਾਊਨ ਹੈਗਾ ਆ, ਜਿਹੜੀ ਵਾਲਵ ਕਲੋਜ਼ ਕੀਤੀ, ਹੈ ਨਾ, ਗਵਰਨਮੈਂਟ ਨੇ, ਉਹ ਤਾਂ ਹੈਗੀ ਹੈਗੀ ਆ, ਬਟ ਐਟ ਦ ਸੇਮ ਟਾਈਮ ਜਿਹੜਾ ਜਿਹੜਾ ਸੋਸ਼ਲ ਮੀਡੀਆ ਦੇ ਉੱਤੇ ਵੀ ਹੈ ਕਿ ਜਿਹੜੀ ਰਿਐਲਿਟੀ ਜਾ ਰਹੀ ਆ ਬੈਕ ਹੋਮ, ਉਹਦਾ ਵੀ ਇੱਕ ਇਫੈਕਟ ਹੈਗਾ ਇਹਦੇ ਉੱਤੇ। The speed of this change and the impact this year is going to have substantial impacts on the ability of colleges to and institutes to deliver on key programming for their students, both domestic and international. ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਦਾਖਲਿਆਂ ਸੰਬੰਧੀ ਕੁੱਲ ਅੰਕੜੇ ਅਗਲੇ ਮਹੀਨੇ ਤੱਕ ਮਿਲਣਗੇ ਅਤੇ ਆਟਵਾ ਵੱਲੋਂ ਇਸ ਸਾਲ ਦੇ ਅੰਤ ਤੱਕ ਵਿਦਿਆਰਥੀਆਂ ਦੀਆਂ ਨਵੀਆਂ ਅਰਜ਼ੀਆਂ ਦਾ ਮੁਲਾਂਕਣ ਕੀਤਾ ਜਾਣਾ ਹੈ ਤਾਂ ਕਿ 2025 ਦਾ ਕੈਪ ਨਿਰਧਾਰਿਤ ਕੀਤਾ ਜਾ ਸਕੇ। ਪਰ ਮਾਹਿਰਾਂ ਮੁਤਾਬਿਕ ਇਨ੍ਹਾਂ ਘਟੇ ਦਾਖਲਿਆਂ ਦੇ ਵੀ ਕਈ ਨਤੀਜੇ ਹੋ ਸਕਦੇ ਨੇ ਜਿਸ ਦਾ ਅਸਰ ਵਿਦਿਅਕ ਅਦਾਰਿਆਂ ਅਤੇ ਵਪਾਰਾਂ ਨੂੰ ਵੇਖਣਾ ਪੈ ਸਕਦਾ ਹੈ। And that means fewer of these programs will be accessible to students. It also might mean that new technologies and new investments in infrastructure that are to ensure that these were in instructing students at the highest levels of innovation and that they're taking advantage of some of the newest course practices are going to be difficult to be able to do. It for students both domestic and international, that will mean on campus right now there's going to be significant reductions potentially in what's available to them, and going forward for businesses and for communities that are looking for, like, again, especially rural communities that are looking for population growth, that are looking for new workers to come in to support our industries, there will be gaps within those situations. ਹੁਣ ਆਪਾਂ ਰੀਸੈਂਟਲੀ ਕਈ ਮਹੀਨੇ ਚ ਦੇਖਿਆ ਕਿ ਸਟੂਡੈਂਟਸ ਨੂੰ ਐਜ਼ ਅ ਸਕੇਪਗੋਟ ਯੂਜ਼ ਕੀਤਾ ਜਾ ਰਿਹਾ ਹਰੇਕ ਕੈਨੇਡਾ ਦੀ ਪ੍ਰੋਬਲਮ ਦੇ ਲਈ, ਹੈ ਨਾ। ਹੁਣ ਹਰੇਕ ਕੋਈ ਇਹ ਵਾਲਾ ਨੈਰੇਟਿਵ ਬਾਏ ਵੀ ਕਰ ਰਿਹਾ, ਹਰੇਕ ਨੂੰ ਐਂ ਲੱਗਦਾ ਸਾਡੇ ਸਟੂਡੈਂਟ ਸਾਡੀ ਪ੍ਰੋਬਲਮ ਦਾ ਉਹ ਜੜ ਨੇ। ਪਰ ਹੁਣ ਤੁਸੀਂ ਦੇਖ ਲਿਓ ਇਨ ਅਪਕਮਿੰਗ ਮੰਥਸ, ਹੁਣ ਸਭ ਤੋਂ ਪਹਿਲਾਂ ਤਾਂ ਕਾਲਜਸ ਦਾ ਨੁਕਸਾਨ ਹੋਇਆ ਇਸ ਵੇਲੇ ਜਾਂ ਹੋਣਾ ਆ, ਜਿਹੜੇ ਆਪਣੀ ਜਿਹੜੀ ਪ੍ਰੋਵਿੰਸ਼ਲ ਉਹਨਾਂ ਨੂੰ ਫੰਡਿੰਗ ਹੈ ਨਾ ਨਹੀਂ ਹੈਗੀ, ਇਸੇ ਕਰਕੇ ਤਾਂ ਉਹ ਇੰਟਰਨੈਸ਼ਨਲ ਸਟੂਡੈਂਟ ਰਿਕਰੂਟਮੈਂਟ ਉੱਤੇ ਆਏ ਸੀਗੇ। ਸੋ ਦੁਬਾਰਾ ਹੁਣ ਜਦੋਂ ਰਿਕਰੂਟਮੈਂਟ ਘੱਟ ਗਈ, ਪਹਿਲਾਂ ਤਾਂ ਜਿਹੜਾ ਉਹ ਇੰਫਰਾਸਟ੍ਰਕਚਰ ਹੈਗਾ ਆ ਪਬਲਿਕ ਇੰਸਟੀਟਿਊਸ਼ਨਸ ਦਾ, ਉਹਦੇ ਉੱਤੇ ਇਫੈਕਟ ਪੈਣਾ। ਅਤੇ ਦੂਸਰਾ, ਜਿਹੜੀ ਇੰਨੀ ਸਾਰੀ ਪਾਪੂਲੇਸ਼ਨ ਸੀਗੀ, ਇਹ ਇੱਕ ਬੇਸਿਕਲੀ ਇੱਕ ਚੀਪ ਲੇਬਰ ਵੀ ਸੀਗੀ ਕਿਉਂਕਿ ਉਹ ਪਾਰਟ ਟਾਈਮ ਕੰਮ ਕਰਦੇ ਸੀਗੇ। ਹੁਣ ਇਸ ਵੇਲੇ ਜੋਬਸ ਹੈ ਨਹੀਂ ਗੀਆਂ ਤਾਂ ਸਾਰੇ ਈਜ਼ੀ ਹੋ ਰਹੇ, ਸਾਰਿਆਂ ਨੂੰ ਲੱਗਦਾ ਕਿ ਠੀਕ ਆ ਚੰਗਾ। ਪਰ ਹੁਣ ਬਾਈ ਐਂਡ ਆਫ ਦਿਸ ਈਅਰ ਮੇ ਬੀ ਨੈਕਸਟ ਈਅਰ ਜਦੋਂ ਇਕਨੋਮੀ ਬੈਕ ਔਨ ਟਰੈਕ ਆਉਣੀ ਆ,
ਦੁਬਾਰਾ ਫਿਰ ਲੇਬਰ ਦੀ ਲੋੜ ਆ, ਯੰਗ ਲੇਬਰ ਦੀ ਲੋੜ ਆ, ਅਤੇ ਫਿਰ ਜਦੋਂ ਬੰਦੇ ਨਹੀਂ ਲੱਭਣੇ ਫਿਰ ਦੁਬਾਰਾ ਰੀਅਲਾਈਜ਼ ਹੋਣਾ। ਬਟ ਆਈ ਥਿੰਕ ਦਿਸ ਇਜ਼ ਟੂ ਅਰਲੀ ਕਿ ਆਪਾਂ ਇਹ ਗੱਲ ਵੀ ਕਰੀਏ, ਹੈ ਨਾ। ਲਵੀਨ ਗਿੱਲ, ਆਮਨੀ ਨਿਊਜ਼।